खबर लुधियाना दे कैलाश रोड दी है जिथे पूर्व कौंसलर दे उपर नजायज कब्जा करन दे आरोप लगे हन। जानकारी दिंदे होए सुखमिंदर कुमार ने दस्या कि ए जगह उन्हां दे भरा दी है अते उन्हां दे भरा ने पावर ऑफ अटॉर्नी सुखमिंदर कुमार दे नां ते कीती है, पर पूर्व कौंसलर जबरदस्ती इस जगह उत्ते कब्जा करना चाहते हैं, जदों कि यह मामला अदालत विच चल रहा है अते बीते दिनी पूर्व कौंसलर दी वल्लों इस जगह उत्ते शटर लगाया जा रहा सी अते सुखमिंदर कुमार ने मौके ते पहुँच के काम नूं रुकवाया अते इस दी शिकायत जोतेवाल बस्ती थाने विच कीती अते नगर निगम अधिकारी नूं भी सूचित किया, जिन्हां ने मौके उत्ते पहुँच के इस काम नूं रुकवा दिता। जदों दूसरे पासे पूर्व कौंसलर दे नाल गल कीती गई तो उन्होंने कब्जे के आरोपों अपने सिर लैण तो नकार दिता। उन्होंने कहा कि यह जगह चार भैणा की है, जिन्हां विचों चरणजीत कौर ने अपने हिस्से की जगह की पावर ऑफ अटॉर्नी पूर्व कौंसलर नूं दे दिती है, पर सुखमिंदर कुमार पूरी जगह उत्ते कब्जा करना चाहता है। इस जगह नूं लैके पुलिस थाने दे विच भी समझौता होया है अते सुखमिंदर कुमार ने समझौते दे उपर दस्तखत भी किए हैं। उत्थे ही दूसरे पासे मौजूदा कौंसलर ने पूर्व कौंसलर के उपर नजायज कब्जा करन दे लगे हुए आरोप की कार्रवाई की मंग की है। इस बारे सुखमिंदर कुमार पूर्व कौंसलर दा की कहना रहा, आओ तुसी भी सुनो। हाँ जी भाजी, की नाम है तुहाडा? मेरा नाम जी सुखविंदर कुमार। हाँ जी, की प्रॉपर्टी दा तुहाडा की मामला हैगा, दुकान दा की मामला? प्रॉपर्टी 20 सालां तो मेरे कोल आ ते मैं ही किराए ते दित्ती हुई है ते कुछ साडा इहदा दा इह पुराना जिहड़ा कौंसलर सी वरिंदर सैगल एक्स कौंसलर ਇਹਦੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਾਂ ਕੋਰਟ 'ਚੋਂ ਜਾ ਕੇ ਸਟੇਟਸ ਕੋ ਦੇ ਆਰਡਰ ਲੈ ਆਉਂਦੇ ਔਰ ਆਰਡਰ ਲਿਆ ਕੇ ਆਪਾਂ ਸਾਰੇ ਪਾਸੇ ਸਬਮਿਟ ਵੀ ਕਰਾਤੇ ਔਰ ਉਸ ਦੇ ਬਾਵਜੂਦ ਵੀ ਇਹ ਧੱਕੇ ਨਾਲ ਇਹਨੇ ਅੱਜ ਲੇਬਰ ਲਾਈ, ਮਿਸਤਰੀ ਲਾਏ ਔਰ ਸ਼ਟਰ ਲਗਾਉਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਮੌਜੂਦਾ ਕੌਂਸਲਰ ਸਾਹਿਬ ਨੂੰ ਨਾਲ ਲੈ ਕੇ ਇੱਥੇ ਬੰਦੇ ਨੂੰ ਬੁਲਾ ਕੇ ਅਸੀਂ ਰੋਕਿਆ। ਫਿਰ ਅਸੀਂ ਉਹਨਾਂ ਨੂੰ ATP ਸਾਹਿਬ ਨੂੰ ਵੀ ਬੁਲਾਇਆ, ਉਹਨਾਂ ਨੂੰ ਵੀ ਦਿਖਾਇਆ ਮੌਕਾ ਔਰ ਵੀ ਕਈ ਜਿਹੜੀਆਂ ਸ਼ਿਕਾਇਤਾਂ ਬਹੁਤ ਇਸ ਏਰੀਏ 'ਚੋਂ ਜਾ ਰਹੀਆਂ ਹੈ। ਇਹ ਕਈ ਲੋਕਾਂ ਦੇ ਨਾਲ ਧੱਕਾ ਕਰ ਰਿਹਾ ਔਰ ਕਬਜ਼ਿਆਂ ਵਾਲੇ ਪਾਸੇ ਨੂੰ ਹੋਇਆ ਹੋਇਆ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਦਾ ਇਹ ਇਲੈਕਸ਼ਨ ਹਾਰ ਗਿਆ ਹੋਇਆ ਹੈ ਔਰ ਜਿਹੜੇ ਹਰ ਇੱਕ ਬੰਦੇ ਦੇ ਨਾਲ ਧੱਕਾ ਕਰ ਰਿਹਾ। ਅਤੇ ਇਹਦੀ ਤੁਸੀਂ ਦਰਖਾਸਤ ਪੁਲਿਸ ਥਾਣੇ ਕੋਈ ਇਤਲਾਹ ਦਿੱਤੀ ਹੈ ਵੀ ਜਿਹੜੇ ਧੱਕੇ? ਹਾਂਜੀ, ਥਾਣੇ ਦੇ ਵਿੱਚ ਅਸੀਂ ਦੇ ਦਿੱਤੇ ਸੀ ਸਾਰੇ ਸਟੇਅ ਆਰਡਰ ਵਗੈਰਾ ਸਾਰਾ ਕੁਛ ਦੇ ਦਿੱਤਾ ਸੀਗਾ ਤੇ ਫਿਰ ਵੀ ਇਹਦੇ ਉਹਦੇ ਬਾਵਜੂਦ ਵੀ ਨਹੀਂ ਰੁਕਿਆ। ਤੇ ਕੀ ਮਿਲੀ ਭੁਗਤ ਆ ਪੁਲਿਸ ਦੀ? ਹਾਂਜੀ, ਪੁਲਿਸ ਦੀ ਮਿਲੀ ਭੁਗਤ ਨਾਲ ਕਰ ਰਿਹਾ ਕੰਮ? ਨਹੀਂ, ਇਹ ਅਸੀਂ ਰਿਪੋਰਟ ਦਿੱਤੀ ਸੀ, ਉਹ ਕਹਿੰਦੇ ਜੀ ਅਸੀਂ ਆ ਰਹੇ ਹਾਂ ਤੇ ਬਾਕੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਹਨੇ ਕਾਰਵਾਈ ਸ਼ੁਰੂ ਕਰ ਦਿੱਤੀ। ਤੇ ਇਹਦੇ ਜਿਹੜੇ ਕਾਗਜ਼ ਰਜਿਸਟਰੀ ਵਗੈਰਾ ਕਿਹਦੇ ਨਾਮ ਤੇ ਹੈਗਾ ਸਰ? ਉਹ ਮੇਰੇ ਜੀ ਕਜ਼ਨ ਦੇ ਨਾਮ ਤੇ ਹੈ ਔਰ ਮੇਰੇ ਕੋਲ ਪਾਵਰ ਆਫ ਅਟੋਰਨੀ ਵੀ ਆ, ਮੇਰੇ ਕੋਲ ਅਸਲ ਰਜਿਸਟਰੀ ਵੀ ਆ ਔਰ ਮੇਰੇ ਕੋਲ ਅਗਾਂਹ ਅੱਗੇ ਉਹਨਾਂ ਦੀ ਪਾਵਰ ਆਫ ਅਟੋਰਨੀ ਵੀ। ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਇਹ ਕਰਦੇ ਹਾਂ ਕਿ ਸਾਡਾ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਵਾ, ਸਟੇਟਸ ਕੋ ਹੋਇਆ ਹੋਇਆ ਵਾ, ਜੋ ਕੋਰਟ ਫੈਸਲਾ ਕਰੂਗੀ ਅਸੀਂ ਉਸ ਤੇ ਉਤਰਾਂਗੇ। ਹਾਂਜੀ ਸਰ, ਇੱਕ ਦੁਕਾਨ ਤੇ ਕਬਜ਼ਾ ਕਰਨ ਦਾ ਮਾਮਲਾ ਆਇਆ ਕਿ ਪਿਛਲੇ ਜਿਹੜਾ ਕਿ ਐਕਸ ਕੌਂਸਲਰ ਵਰਿੰਦਰ ਸਹਿਗਲ ਜੀ ਨੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦੇ ਉੱਤੇ ਸ਼ਟਰ ਲਗਾਇਆ, ਦੀਵਾਰ ਕੀਤੀ, ਕੀ ਮਾਮਲਾ ਪੂਰਾ? ਐਕਚੁਅਲੀ ਗੱਲ ਇਸ ਤਰ੍ਹਾਂ ਹੈ ਕਿ ਸੁਖਵਿੰਦਰ ਕੁਮਾਰ ਜੀ ਮੇਰੇ ਕੋਲ ਆਏ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜੀ ਇਹ ਜਗ੍ਹਾ ਸਾਡੀ ਹੈ, ਪਾਵਰ ਅਟੋਰਨੀ ਮੇਰੇ ਕੋਲ ਹੈ, ਇਕਬਾਲ ਸਿੰਘ ਜੀ ਦੇ ਨਾਮ ਤੇ ਪ੍ਰੋਪਰਟੀ ਹੈ ਤੇ ਪਾਵਰ ਅਟੋਰਨੀ ਮੈਨੂੰ ਦਿੱਤੀ ਗਈ ਹੈ ਤੇ ਇਸ ਸੰਬੰਧ ਵਿੱਚ ਮੇਰੇ ਕੋਲ ਸਟੇਟਸ ਕਿਊ ਹੈ, ਮੈਂ ਕੋਰਟ ਤੋਂ ਲੈ ਕੇ ਆਇਆ। ਫਿਰ ਮੈਂ ਇਹਨਾਂ ਨੂੰ ਰਾਏ ਦਿੱਤੀ ਕਿ ਤੁਸੀਂ SHO ਬਸਤੀ ਜੋਧੇਵਾਲ ਨੂੰ ਪਹਿਲਾਂ ਜਮ੍ਹਾਂ ਕਰਾਓ ਜਾ ਕੇ, ਅਤੇ ਮੈਂ ਵੀ ਫੋਨ ਕੀਤਾ ਬਸਤੀ ਪੁਲਿਸ ਸਟੇਸ਼ਨ ਅਤੇ ਉਹਨਾਂ ਦੇ ਮੁਨਸ਼ੀ ਸਾਹਿਬ ਨੂੰ ਵੀ ਮੈਂ ਨੋਟ ਕਰਾਤਾ ਸੀਗਾ। ਉਸ ਦੇ ਬਾਵਜੂਦ ਦੂਸਰੀ ਪਾਰਟੀ ਐਕਸ ਕੌਂਸਲਰ ਵਰਿੰਦਰ ਸਹਿਗਲ ਕੁਝ ਲੋਕਾਂ ਨੂੰ ਨਾਲ ਲੈ ਕੇ ਉਹਦੇ ਕਬਜ਼ਾ ਕਰਨ ਆ ਗਿਆ ਅਤੇ ਮੈਂ ਮੌਕੇ 'ਤੇ ਪਹੁੰਚਿਆ ਅਤੇ ਮੈਡਮ ਨੂੰ ਕਿਹਾ ਕਿ ਮੈਡਮ ਜੀ ਆਹ ਕੰਮ ਹੋ ਰਿਹਾ ਅਤੇ ਪੁਲਿਸ ਨੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ। ਅਤੇ ਫਿਰ ਮੈਂ SCP ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਗੱਲ ਮੇਰੀ ਬੜੀ ਗੌਰ ਨਾਲ ਸੁਣੀ ਅਤੇ ਉਹਨਾਂ ਨੇ ਆਦੇਸ਼ ਦਿੱਤੇ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ। ਫਿਰ ਨਾਲ ਮੈਂ ਕੌਂਸਲ ਹੋਣ ਦੇ ਨਾਤੇ ATP ਹਰਵਿੰਦਰ ਸਿੰਘ ਜੀ ਨੂੰ ਮਿਲਿਆ
ਉਹ ਤੁਰੰਤ ਮੌਕੇ ਤੇ ਆਪਣੇ ਇੰਸਪੈਕਟਰ ਦੀ ਟੀਮ ਨੂੰ ਨਾਲ ਲੈ ਕੇ ਆ ਗਏ ਜਿਹੜੀ ਕਿ ਉਹਦੀ ਉਹਨਾਂ ਨੇ ਅਸੀਂ ਮੂਵੀ ਵੀ ਬਣਾਈ ਹੈ ਤੇ ਉਹਨਾਂ ਨੇ ਉੱਥੇ ਦੋ ਮੁਲਾਜ਼ਮ ਬਿਠਾ ਦਿੱਤੇ ਆ ਕਿ ਹੁਣ ਕਾਰਵਾਈ ਨਹੀਂ ਹੋਏਗੀ। ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਜਾਂ ਜਿਨ੍ਹਾਂ ਨੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਕਹੂੰਗਾ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ। ਸਰ ਇਸ ਤੋਂ ਪਹਿਲਾਂ ਵੀ ਕੋਈ ਮਾਮਲੇ ਆਏ ਸੀਗੇ ਇਹਨਾਂ ਦੇ ਉੱਤੇ ਕਬਜ਼ੇ ਕਰਨ ਦੇ? ਸਰ ਇਹਨਾਂ ਨੇ ਬਹੁਤ ਇੱਦਾਂ ਦੇ ਮਾਮਲੇ ਆਏ, ਇੰਟਰਫੀਅਰੈਂਸ ਜ਼ਿਆਦਾ ਕਰਦੇ ਨੇ। ਮੈਂ ਕਹਿੰਦਾ ਵੀ ਪਾਰਟੀ ਦਾ ਨਾਮ ਬਰਬਾਦ ਕਰਨ ਲੱਗੇ ਹੋਏ ਨੇ ਲੋਕ। ਤੇ ਇੱਕ ਸਾਡੇ ਕੋਲ ਹੋਰ ਜਗ੍ਹਾ ਹੈ ਖੱਡਾ ਰੋੜੀ ਦੀ ਕਸਟੋਰੀਅਮ ਦੀ, ਜਿੱਥੇ ਇਹਨਾਂ ਨੇ ਕਬਜ਼ਾ ਕੀਤਾ ਹੈ, ਵੇਚੀ ਹੈ ਗਲਤ ਢੰਗ ਦੇ ਨਾਲ। ਹਜੇ ਮੇਰੇ ਕੋਲ ਪੂਰੇ ਪੁਖਤਾ ਸਬੂਤ ਆ ਲੈਣ ਦੋ, ਹਜੇ ਮੈਨੂੰ ਪਤਾ ਗੱਲ ਚ ਪਤਾ ਚੱਲੀ ਹੈ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਮੈਂ 2007-2012 ਦੇ ਵਿੱਚ ਕੌਂਸਲਰ ਸੀ, ਉਸ ਟਾਈਮ ਜਦੋਂ ਉੱਥੇ ਕੰਸਟਰਕਸ਼ਨ ਸ਼ੁਰੂ ਹੋਈ ਸੀ ਤੇ ਮੈਂ ਉਹ ਬਿਲਡਿੰਗ ਢਵਾਈ ਸੀ, ਉਹ ਦੁਬਾਰਾ ਬਿਲਡਿੰਗ ਕਿਵੇਂ ਬਣ ਗਈ ਜਦੋਂ ਕਿ ਉਹਦੇ ਵਿੱਚ ਇੱਕ ਇੰਸਪੈਕਟਰ ਸਸਪੈਂਡ ਹੋਇਆ ਸੀ, ਫਿਰ ਉਹ ਜਗ੍ਹਾ ਕਿੱਦਾਂ ਬਣ ਗਈ? ਉਸ ਤੋਂ ਬਾਅਦ ਮੈਂ ਕੌਂਸਲ ਨਹੀਂ ਰਿਹਾ। ਜਦੋਂ ਮੈਂ ਹੁਣ ਦੁਬਾਰਾ ਫਿਰ ਆਪਣਾ ਚਾਰਜ ਸੰਭਾਲਿਆ, ਜੋ ਜੋ ਵੀ ਮੇਰੇ ਵਾਰਡ ਦੇ ਵਿੱਚ ਨਜਾਇਜ਼ ਕਬਜ਼ੇ ਹੋਏ ਹੈ ਉਹ ਮੈਂ ਸਾਰੇ ਕੱਢ ਕੇ ਰਹੂੰਗਾ। ਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਆ? ਮੌਕੇ ਤੇ ਏਟੀਪੀ ਸਾਹਿਬ ਪਹੁੰਚੇ ਸੀਗੇ, ਉਹਨਾਂ ਨੇ ਕੀ ਕਾਰਵਾਈ ਕੀਤੀ? ਏਟੀਪੀ ਸਾਹਿਬ ਨੇ ਕਿਹਾ ਜੀ ਮੈਂ ਰਿਪੋਰਟਾਂ ਬਣਾ ਕੇ ਭੇਜ ਦੇਵਾਂਗਾ, ਮੈਂ SHO ਨੂੰ ਵੀ ਭੇਜਾਂਗਾ। ਤੇ ਪੁਲਿਸ ਦੀ ਕਾਰਵਾਈ ਫਿਲਹਾਲ ਢਿੱਲੀ ਹੈ, ਹੋ ਸਕਦਾ ਕੋਈ ਨਾ ਕੋਈ ਹੋਰ ਕੰਮ ਪੈ ਗਿਆ ਹੋਵੇ। ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਹੈ ਕਿ ਬਾਬਾ ਕਲੋਨੀ ਦੇ ਵਿੱਚ ਮੇਰਾ ਖਿਆਲ ਹੈ ਜਿਹੜੇ ਆ ਜੀਓ ਵਾਲੇ ਕੰਪਨੀ ਹੈ, ਬਿਨਾਂ ਕਾਰਪੋਰੇਸ਼ਨ ਨੂੰ ਅਸੈਸਰੀ ਦਿੱਤੀ ਕੋਈ ਦਿੱਤੀ ਨਹੀਂ ਇਹਨਾਂ ਨੇ, ਕੋਈ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ। ਔਰ ਇੱਕ ਕੰਮ ਸ਼ੁਰੂ ਹੋਇਆ ਵਾ ਉੱਥੇ, ਸਾਡਾ ਸੀਵਰੇਜ ਵੀ ਪੱਟ ਗਏ, ਵਾਟਰ ਸਪਲਾਈ ਵੀ ਪੱਟ ਗਏ। ਜਦੋਂ ਉਹਨਾਂ ਨੂੰ ਮੈਂ ਪੁੱਛਿਆ, ਮੇਰੇ ਤੋਂ ਜੇਈ ਸਾਹਿਬ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਤੇ ਉਹ ਕਹਿੰਦੇ ਸਾਨੂੰ ਵਰਿੰਦਰ ਸਾਈਕਲ ਨੇ ਕਿਹਾ ਛੱਡੋ ਤੁਸੀਂ ਰਫਾ ਦਫਾ ਕਰ ਦਿਓ। ਇਹ ਐਕਚੁਲੀ ਪਤਾ ਨਹੀਂ ਵੀ ਇੰਨੀ ਪੈਸੇ ਦੀ ਭੁੱਖ ਕਿਉਂ ਹੈ, ਕਿਉਂ ਨੱਠਾ ਭੱਜਾ ਫਿਰਦਾ ਪੈਸੇ ਦੇ ਨਾਲ? ਤੁਸੀਂ ਇਨਸਾਫ਼ ਦਿਲਾਓਗੇ ਇਹਨਾਂ ਨੂੰ? ਮੈਂ ਇਨਸਾਫ਼ ਪੂਰਾ ਡਟ ਕੇ ਖੜਾ ਜੀ ਇਹਨਾਂ ਦੇ ਨਾਲ, ਮੈਂ ਇਨਸਾਫ਼ ਦੇ ਨਾਲ ਹੈ ਜੀ, ਮੈਂ ਡਟ ਕੇ ਖੜਾ। ਲੋਕੀ ਮੈਨੂੰ ਐਵੇਂ ਇਜਾਜ਼ ਮੋਟਾ ਹੋ ਨਹੀਂ ਪਾਉਂਦੇ। ਇੱਥੇ ਅੱਜ ATV ਸਾਹਿਬ ਮੌਕੇ ਤੇ ਪਹੁੰਚੇ ਸੀਗੇ, ਤੇ ਪੂਰਾ ਮਾਮਲਾ ਕੀ ਹੈਗਾ ਜੀ? ਕਬਜ਼ੇ ਕਰਨ ਦੇ ਲੈ ਕੇ ਸੀਗਾ ਕਿ ਕਬਜ਼ਾ ਕੀਤਾ ਜਾ ਰਿਹਾ ਸਾਹਿਬ? ਸਰ ਇਹ ਹੈਗਾ ਵੀ ਇਹ 4 ਭੈਣ ਭਰਾਵਾਂ ਦੀ ਜਗ੍ਹਾ ਹੈਗੀ ਹੈ, 200 ਗਜ਼ ਜਗ੍ਹਾ ਔਰ 30 ਫੁੱਟ ਦਾ ਫਰੰਟ ਹੈ। ਚਾਰੋਂ ਭੈਣ ਭਰਾਵਾਂ ਨੂੰ 7.5 ਫੁੱਟ ਦਾ ਇਹਨਾਂ ਨੂੰ ਏਰੀਆ ਆਉਂਦਾ, ਜਿਹਦੇ 'ਚ ਆ ਫਰਕ ਮੈਂ ਤੁਹਾਨੂੰ ਦਿਖਾਉਂਦਾ। ਚਰਨਜੀਤ ਕੌਰ ਜੋ ਇਹਨਾਂ ਦੀ ਸਿਸਟਰ ਔਰ 3 ਦੇ ਬ੍ਰਦਰ, ਚਰਨਜੀਤ ਕੌਰ ਇਹ ਫੋਰਨ 'ਚ ਰਹਿੰਦੀ ਸੀ, ਹੁਣ ਇੱਥੇ ਆਈ ਹੋਈ ਹੈ। ਚਰਨਜੀਤ ਕੌਰ ਵੱਲੋਂ ਇੱਕ ਅਟੋਰਨੀ ਉਹਨੇ ਮੇਰੇ ਨਾਮ 'ਤੇ ਬਾਹਰੋਂ ਭੇਜੀ ਸੀ, ਚਰਨਜੀਤ ਕੌਰ ਨੇ ਬਾਹਰੋਂ ਬਣਾ ਕੇ ਭੇਜੀ, ਠੀਕ ਹੈ ਜੀ। ਇਹ ਆਪਣਾ DC ਸਾਹਿਬ ਵੱਲੋਂ ਰਜਿਸਟਰਡ ਹੈ ਔਰ ਅੱਜ ਤੋਂ 2.5-3 ਮਹੀਨੇ ਪਹਿਲਾਂ ਇੱਥੇ ਜਿਹੜੇ ਉਹਦੇ ਬ੍ਰਦਰ ਹੈ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ ਕਾਲਾ ਖਲਵਾੜ ਕਰਕੇ ਉਹ ਕਬਜ਼ਾ ਕਰਨ ਲੱਗਾ ਸੀ, ਔਰ ਅਸੀਂ ਉਹਦੀ ਕੰਪਲੇਂਟ ਕੀਤੀ ਜੋਧੇ ਥਾਣੇ, ਔਰ ਉਸ ਤੋਂ ਬਾਅਦ ਸਾਡਾ ਇਹਦੇ ਨਾਲ ਸਮਝੌਤਾ ਉੱਥੇ ਇਹ ਹੋਇਆ ਸੀ, ਇਹ ਕਹਿੰਦਾ ਸੀ ਵੀ ਤੁਸੀਂ ਜਿਹੜੀ 7.5 ਫੁੱਟ ਤੁਹਾਡੀ ਜਗ੍ਹਾ ਬਣਦੀ ਹੈ ਉਹ ਮੈਂ ਤੁਹਾਨੂੰ ਤੁਸੀਂ ਲੈ ਲਓ, ਔਰ ਇਹਦੀ ਉਹਦੀ ਆਹ ਕਾਪੀ ਹੈ ਸਮਝੌਤੇ ਦੀ। ਇਹਦੇ ਵਿੱਚ 6 ਗਵਾਹ ਮੌਕੇ ਦੇ, ਗਵਾਹਾਂ ਦੇ ਨੰਬਰ ਹੈਗੇ, ਨਾਲ ਗਵਾਹਾਂ ਨੂੰ ਪੁੱਛਣਾ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ। ਜਿਹੜੀ ਜਗ੍ਹਾ ਤੋਂ 2.5-3 ਮਹੀਨੇ ਪਹਿਲਾਂ ਸਾਨੂੰ ਕਬਜ਼ਾ ਆਲਰੇਡੀ ਦੇ ਚੁੱਕਾ ਹੈ ਉਹਦੀ ਲਿਖਤ ਉਹਦੇ ਸਾਈਨ, ਔਰ ਹੁਣ ਦੁਬਾਰਾ ਪਤਾ ਨਹੀਂ ਕਿਹਦੀ ਚੁੱਕ ਜਾ ਕੇ ਕੋਰਟ ਦੇ ਥਰੂ ਝੂਠੇ ਸੱਚੇ ਕੋਈ ਕਿਰਾਏਨਾਮੇ ਲਾ ਕੇ ਉਹ ਆਪਣਾ ਸਾਨੂੰ ਖਰਾਬ ਕਰ ਰਿਹਾ, ਔਰ ਉਹ ਲੜਕੀ ਕੱਲ੍ਹ ਨੂੰ ਆ ਰਹੀ ਹੈ ਇੱਥੇ, ਕੱਲ੍ਹ ਨੂੰ ਉਹਦੇ ਵੱਲੋਂ ਵੀ ਮੈਂ ਕਮਿਸ਼ਨਰ ਸਾਹਿਬ ਦੇ ਅੱਗੇ ਦਰਖਾਸਤ ਦੇਣ ਲੱਗਿਆ, ਇੱਕ ਇੱਥੇ ਜੋਧੇ ਥਾਣੇ ਇੱਕ ਕੋਰਟ ਦੇ ਵਿੱਚ ਅਸੀਂ ਉਹ ਦਰਖਾਸਤ ਦੇਵਾਂਗੇ ਵੀ ਉਹਦੀ ਜਗ੍ਹਾ 'ਤੇ ਇਹਨਾਂ ਨੇ ਕਬਜ਼ਾ ਕਰਨ ਦੀ ਇਹਨਾਂ ਨੇ ਉਲਟਾ ਕੋਸ਼ਿਸ਼ ਕੀਤੀ ਹੈ, ਕਿਉਂਕਿ 3 ਮਹੀਨੇ ਪਹਿਲਾਂ ਆਪ ਹੀ ਸਮਝੌਤਾ ਕਰਕੇ ਮੈਂ ਤੁਹਾਨੂੰ ਵਟਸਐਪ 'ਤੇ ਭੇਜ ਦਿੱਤੀ, ਤੁਸੀਂ ਚੈੱਕ ਕਰੋ। ਕੋਈ ਕਬਜ਼ੇ ਦਾ ਮਾਮਲਾ ਤਾਂ ਨਹੀਂ ਹੈਗਾ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ? ਜਾਏ ਸੀਗੇ ਅਸੀਂ ਉੱਥੇ ਫਿਰ ਇਹਨਾਂ ਨੂੰ ਤੋਰਿਆ, ਮੈਂ ਗਿਆ ਸੀ ਉੱਥੇ ਮੌਕੇ 'ਤੇ, ਇਹਨਾਂ ਨੂੰ ਮੈਂ ਕਿਹਾ ਜੇ ਕੋਈ ਕੋਰਟ ਦੀ ਦਿੱਕਤ ਹੈ ਤੁਸੀਂ ਪੁਲਿਸ ਨੂੰ ਲਿਆ ਸਕਦੇ ਹੋ, ਤੁਸੀਂ ਮਤਲਬ ਜਿਹੜੀ ਲੜਕੀ ਨੂੰ 7.5 ਫੁੱਟ ਤੁਸੀਂ ਲਿਖ ਕੇ ਦੇ ਚੁੱਕੇ ਹੋ ਆਪਣੇ ਹੱਥਾਂ ਨਾਲ, ਤੁਸੀਂ ਹੁਣ ਦੁਬਾਰਾ ਉਹਦੇ 'ਤੇ ਕਬਜ਼ਾ ਕਿਉਂ ਕਰਨਾ? ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ? ਹਾਂਜੀ ਹਾਂਜੀ, ਕੱਲ੍ਹ ਆ ਰਹੀ ਲੜਕੀ ਆ ਰਹੀ ਨਾ,
ਚਲੋ ਸਵੇਰੇ 10 ਵਜੇ ਆ ਰਹੀ ਹੈ ਉਹਦੇ ਬਿਲਕੁਲ ਉਹਦੇ ਵੱਲੋਂ ਹੈਂਡੀਕੈਪ ਲੜਕੀ ਹੈ ਜੀ ਔਰ ਫੋਰਨਰ ਉਹਦੇ ਵੱਲੋਂ ਦਰਖਾਸਤ ਸਵੇਰੇ ਦੇਵਾਂਗੇ 10 ਵਜੇ ਔਰ ਉਹਦਾ ਇੱਕ ਕੁੜੀ ਦਾ ਹੋਰ ਦੂਸਰਾ ਪਲਾਟ ਵੀ ਪਿਆ ਉਹ ਵੀ ਇਹਨਾਂ ਨੇ ਗਲਤ ਐਫੀਡੇਵਿਟ ਦੇ ਕੇ ਇੰਤਕਾਲ ਚੜਵਾਇਆ ਉਹਦਾ ਜੋ ਕੇਸ ਆ ਉਹ ਪੀਓ ਬੈਂਕ 'ਚ ਆਪਣੇ ਹਰਪਾਲ ਗਰੇਵਾਲ ਜੀ ਹੈਗੇ ਆ ਡੀਐਸਪੀ ਸਾਹਿਬ ਉਹਨਾਂ ਕੋਲ ਆਲਰੇਡੀ ਚੱਲ ਰਿਹਾ ਸਮਝੌਤਾ ਹੋਇਆ ਸੀ ਇਹਨੇ ਲਿਖ ਕੇ 7.5 ਫੁੱਟ ਦਾ ਕਬਜ਼ਾ ਸੁਖਵਿੰਦਰ ਤਲਵਾੜ ਨੇ ਜੋਧਿਆਂ ਥਾਣੇ ਦੇ ਵਿੱਚ ਇਹ ਸਾਨੂੰ ਦਿੱਤਾ ਸੀ ਜਿਹਦੇ 'ਚ 5-6 ਗਵਾਹੀਆਂ ਵੀ ਆ ਮਹੱਲੇ ਵਾਲੇ ਦੀ ਆਪਾਂ ਉਹਨਾਂ ਨੂੰ ਬੁਲਾ ਕੇ ਪੁੱਛ ਸਕਦੇ ਹੁਣ ਯਾਰ ਇੱਕ ਕਲਾਸ਼ ਰੋਡ ਦੇ ਉੱਤੇ ਦੁਕਾਨ ਨੂੰ ਤੁਸੀਂ ਕੱਲ੍ਹ ਬੰਦ ਕਰਾ ਕੇ ਆਏ ਹੋ ਕੰਮ ਜਿਹੜਾ ਚੱਲਦਾ ਰਿਹਾ ਦੋ ਪਾਰਟੀਆਂ ਦੇ ਵਿੱਚ ਕੋਈ ਰੌਲਾ ਸੀਗਾ ਕੀ ਮਾਮਲਾ ਪੂਰਾ ਸੀਗਾ ਹਾਂਜੀ ਕੱਲ੍ਹ ਸਾਨੂੰ ਵਟਸਐਪ 'ਤੇ ਵਾਰਡ ਨੰਬਰ 5 ਦੇ ਕੌਂਸਲਰ ਨੇ ਰਕੇਸ਼ ਸ਼ਰਮਾ ਜੀ ਉਹਨਾਂ ਨੇ ਇੱਕ ਸਟੇਟਸ ਕੋ ਦੀ ਕਾਪੀ ਭੇਜੀ ਸੀ ਜਿਹਦੇ ਵਿੱਚ ਅਦਾਲਤ ਵੱਲੋਂ ਇੱਕ ਪ੍ਰਾਪਰਟੀ ਦਾ ਪੁਜੈਸ਼ਨ ਨੂੰ ਲੈ ਕੇ ਸਟੇਟਸ ਕੋ ਜਾਰੀ ਕੀਤਾ ਗਿਆ ਸੀਗਾ ਦੋ ਪਾਰਟੀਆਂ ਦਾ ਆਪਸ ਵਿੱਚ ਪੁਜੈਸ਼ਨ ਨੂੰ ਲੈ ਕੇ ਝਗੜਾ ਸੀਗਾ ਅਤੇ ਉਹਨਾਂ ਵੱਲੋਂ ਇੱਕ ਵੀਡੀਓ ਵੀ ਪਾਈ ਗਈ ਸੀ ਕਿ ਮੌਕੇ 'ਤੇ ਮਾਣਯੋਗ ਅਦਾਲਤਾਂ ਦੇ ਉਹਦੇ ਖਿਲਾਫ ਬੰਦਾ ਕੰਸਟਰਕਸ਼ਨ ਸ਼ੁਰੂ ਕਰ ਰਿਹਾ ਜਿਸ ਬਾਬਤ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਸੀਗਾ ਮੌਕੇ 'ਤੇ ਜਿਹੜੀ ਪਾਰਟੀ ਸੀਗੀ ਉਸ ਵੱਲੋਂ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੀ ਕੀਤਾ ਸੀ ਹਲੇ ਸ਼ਟਰ ਵਗੈਰਾ ਅਤੇ ਬਾਕੀ ਦਾ ਕੰਸਟਰਕਸ਼ਨ ਪੁਰਾਣੀ ਸੀ ਜੋ ਉਹਨੇ ਸਟਾਰਟ ਕੀਤਾ ਸੀਗਾ ਉਹ ਕੰਮ ਬੰਦ ਕਰਵਾ ਤਾ ਅਤੇ ਉਹਨੂੰ ਹਦਾਇਤ ਕਰਤੀ ਹੈ ਵੀ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਕੰਮ ਨਾ ਕੀਤਾ ਜਾਵੇ ਹੁਕਮਾਂ ਦੇ ਜੋ ਮਾਣਯੋਗ ਅਦਾਲਤ ਹੁਕਮ ਹੋਊਗੀ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਵੇ ਤਾਂ ਦੂਜੀ ਪਾਰਟੀ ਕਿਹੜੀ ਸੀਗੀ ਜਿਹਨਾਂ ਨੂੰ ਮਤਲਬ ਇਸ ਉਲੰਘਣਾ ਕੀਤੀ ਜਾਵੇ ਇਹ ਦੋ ਪਾਰਟੀਆਂ ਸੀਗੀਆਂ ਜੀ ਇੱਕ ਤਾਂ ਆਪਣੇ ਐਕਸ ਕੌਂਸਲਰ ਨੇ ਵਰਿੰਦਰ ਸਹਿਗਲ ਜੀ ਅਤੇ ਇੱਕ ਉੱਥੇ ਦਾ ਕੋਈ ਲੋਕਲ ਮੈਂ ਨਾਮ ਨਹੀਂ ਜਾਣਦਾ ਹੈਗਾ ਉਹਨਾਂ ਦਾ ਹੀ ਸੀਗਾ ਜੀ ਇਹਦੇ ਵਿੱਚ ਨਗਰ ਨਿਗਮ ਕਾਰਪੋਰੇਸ਼ਨ ਸਟੇਟ ਕੇਸ ਦੇ ਵਿੱਚ ਕੋਈ ਪਾਰਟੀ ਨਹੀਂ ਹੈਗੀ ਪਰ ਪੁਜੈਸ਼ਨ ਨੂੰ ਲੈ ਕੇ ਤੇ ਮੌਕੇ ਤੇ ਨਵਾਂ ਕੰਮ ਸ਼ੁਰੂ ਕੀਤਾ ਗਿਆ ਸੀ ਉਹਨੂੰ ਇਸ ਕਰਕੇ ਸਾਡੇ ਵੱਲੋਂ ਜਾ ਕੇ ਕੰਮ ਬੰਦ ਕਰਵਾਇਆ ਪ੍ਰਾਈਮ ਮੁੱਦੇ ਲਈ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੀ ਰਿਪੋਰਟ